ਤੇ ਦੋਸਤੋ ਆਪਣੇ ਵਲੌਗ ਦੇ ਮੈਂ ਤ੍ਰੀਜੇ ਪਾਰਟ ਨੇ ਵਿੱਚ ਨਾ ਦਰਿਆ ਸਿੰਧ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਨੂੰ ਤਰਫ ਸਫ਼ਰ ਕਰਨਾ ਪਿਆ ਬੇੜੇ 'ਤੇ। ਇਹ ਬੇੜਾ ਇਹਨਾਂ ਵਾਂਡੇ ਵਾਲਿਆਂ ਬਣਾਇਆ ਹੋਇਆ ਆਪਣਾ। ਇਹਨਾਂ ਦੇ ਨਾਲ ਗੱਲ ਥਈਏ ਅਤੇ ਇਹਨਾਂ ਦੱਸਿਆ ਵੀ ਬੇੜਾ ਜੀ ਅਸਾਂ ਪਿਛਲੇ ਸਾਲ ਤਰਖਾਣਾ ਕੋਲ ਬਣਵਾਇਆ 1 ਲੱਖ ਰੁਪਏ ਨਾ, ਅਤੇ ਇਹ ਬੇੜਾ ਸਾਡੇ ਸਫ਼ਰ ਨਾ ਵਾਹਿਦ ਜ਼ਰੀਆ ਹੈ ਜਿਹੜੇ ਤੋਂ ਅਸਾਂ ਦਰਿਆ ਪਾਰ ਕਰੇ ਹਾਂ ਮਾੜੀ ਤੋਂ ਚਾ ਕੇ ਅਤੇ ਕੁੱਕੜਾਂ ਵਾਲੇ ਵਾਂਡੇ ਤੱਕ ਵੇਨੇ ਹਾਂ। ਇਹ ਨਾਲ ਮੇਰੇ ਠੇਕੇਦਾਰ ਵਧੇ ਭੇਡਾਂ ਵਾਲੇ ਭੇਡਾਂ ਸ਼ੇਰਾਂ ਵਿੱਚ ਇਹਨੇ ਨਾਲ ਮੇਰੇ ਸ਼ਾਹ ਸਾਹਿਬ ਵਧੇ ਨੇ। ਅਸਾਂ ਵੇਨੇ ਪਏ ਹਾਂ ਹੁਣ ਕੁੱਕੜਾਂ ਵਾਲੇ ਵਾਂਢੇ ਦੀ ਤਰਫ, ਦਰਿਆ ਸਿੰਧ ਆਪਣੀ ਮੌਜਾਂ 'ਤੇ ਬਹਿਣਾ ਪਿਆ। ਫੁੱਲ ਖੂਬਸੂਰਤ ਨਜ਼ਾਰੇ ਹਨ ਦਰਿਆ ਸਿੰਧ ਨੇ ਇਸ ਟਾਈਮ ਫੁੱਲ ਸਹੀ, ਕਿਉਂਕਿ ਬਾਰਿਸ਼ਾਂ ਥੀਆਂ ਪਈਆਂ ਹਰ ਤਰ੍ਹਾਂ, ਬਾਰਿਸ਼ਾਂ ਹੀ ਬਾਰਿਸ਼ਾਂ ਹਨ ਅਤੇ ਸਬਜ਼ਾ ਵੀ ਜਿਹੜਾ ਖਲਿਆ ਬਹਾਰ ਨਾਲ ਮੌਸਮ ਵੀ ਆ ਚੁੱਕਾ, ਹਰ ਤਰਫ ਸਬਜ਼ਾ ਵੀ ਨਜ਼ਰ ਆਉਣਾ ਪਿਆ, ਪਹਾੜ ਵੀ ਇਸ ਟਾਈਮ ਖੂਬਸੂਰਤ ਲੱਗਣੇ ਪੈਣ ਬਾਰਿਸ਼ਾਂ ਦੀ ਵਜ੍ਹਾ ਤੋਂ। ਅਤੇ ਕਾਲਾ ਬਾਗ ਦੀ ਸਪੈਸ਼ਲਿਟੀ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਕਿ ਸਾਲਟ ਮਾਈਨਸ ਹਨ, ਮੈਜੋਰਟੀ ਸਾਲਟ ਮਾਈਨਸ ਖੇੜਾ ਤੋਂ ਬਾਅਦ ਨਾ ਸਭ ਤੋਂ ਵੱਡੀ ਸਾਲਟ ਮਾਈਨ ਪਾਕਿਸਤਾਨ ਦੇ ਵਿੱਚ ਕਾਲਾ ਬਾਗ 'ਚ ਪਾਈ ਵੈਣੀਆਂ ਹਨ। ਇਹ ਮਾੜੀ ਇੰਡਸ ਅਤੇ ਕੁੱਕੜਾਂ ਵਾਲਾ ਵੰਡ ਹਾ ਅਤੇ ਜਿਤਨੇ ਵੀ ਸਾਰੇ ਏਰੀਆ ਦੇ ਨੇ, ਸਾਰੇ ਮੈਜੋਰਟੀ ਲੋਕ ਮਜ਼ਦੂਰ ਲੋਕ ਨੇ, ਸਾਰੇ ਸਾਲਟ ਮਾਈਨਸ ਦੇ ਵਿੱਚ ਕੰਮ ਕਰੇ ਨੇ। ਇਹ ਜਿਤਨੇ ਵੀ ਤਕਰੀਬਨ ਏਰੀਆ ਅਤੇ ਜ਼ਮੀਨ ਹੈ ਇਹ ਨਾ ਜ਼ਿਆਦਾਤਰ ਮਲਿਕ ਮੀਰ ਮੁਹੰਮਦ ਖਾਨ ਨਵਾਬ ਆਫ ਕਾਲਾ ਬਾਗ ਦੇ ਅਬਾਓ ਅਜਦਾਦ ਕੋਲ ਹਨ। ਮੀਰ ਮੁਹੰਮਦ ਖਾਨ ਸਾਡੇ ਪਾਕਿਸਤਾਨ ਦੇ ਗਵਰਨਰ ਵੀ ਰਹਿ ਚੁੱਕੇ ਹਨ। ਮੈਜੋਰਟੀ ਜ਼ਮੀਨਾਂ ਉਹਨਾਂ ਦੀ ਅਬਾਓ ਅਜਦਾਦ, ਉਹਨਾਂ ਦੀ ਆਲ ਔਲਾਦ ਦੇ ਕੋਲੋਂ ਹਨ, ਮਤਲਬ ਅਬਾਓ ਅਜਦਾਦ ਸੋਰੀ ਮੈਂ ਆਖਿਆ, ਉਹਨਾਂ ਦੀ ਆਲ ਔਲਾਦ ਦੇ ਕੋਲੋਂ ਹਨ। ਖੂਬਸੂਰਤ ਇਹ ਜੀ ਦਰਿਆ ਦੇ ਨਜ਼ਾਰੇ। ਕਾਲਾ ਬਾਗ ਡੈਮ ਇਸ ਜਗ੍ਹਾ ਜਿੱਥੋਂ ਮੈਂ ਮਾੜੀ ਇੰਡਸ ਤੋਂ ਨਿਕਲਾਂ ਅਤੇ ਕੁੜਾ ਲਵਾਂਡੇ ਪਾਸੇ ਵੇਹਣਾ ਪਿਆ, ਇਸ ਤੋਂ ਨਾ ਤਕਰੀਬਨ 2-3 ਘੰਟਾ ਦਾ ਸਫ਼ਰ ਹੈ ਬੇੜੇ 'ਤੇ। ਬੇੜੇ 'ਤੇ ਵੇਹਣਾ ਪੈਣਾ ਦਰਿਆ ਸਿੰਧ ਦੇ ਵਿੱਚ, ਉੱਤੇ ਵਾਂਗ ਕੇ ਅਤੇ ਕਾਲਾ ਬਾਗ ਡੈਮ ਹੈ। ਦਰਿਆ ਨੇ ਆਸ ਪਾਸ ਰਹਿਣ ਵਾਲੀ ਮੈਜੋਰਟੀ ਆਬਾਦੀ ਮਲਕਾਂ ਨਹੀਂ ਹੈ ਅਤੇ ਇਸ ਇਲਾਕੇ ਦੀ ਆਬਾਦੀ ਬੜੀ ਫੁਰਤੀਲੀ ਹੈ। ਜਿਤਨੇ ਵੀ ਨਿੱਕੇ ਨਿੱਕੇ ਬਾਲ ਵੀ ਹਨ ਉਹ ਵੀ ਦਰਿਆ ਤੋਂ ਬਾਹਰ ਟਾਵੇ ਨੇ। ਮੈਂ ਤਾਂ ਨਾ ਗੱਪ ਸ਼ੱਪ ਲਾਈਏ ਨਿੱਕੇ ਨਿੱਕੇ ਬਾਲਾਂ ਨਾਲ, ਕੋਈ ਟੋਟਲ 8-10 ਸਾਲਾਂ ਨੇ ਜਾਂ 12-12 ਸਾਲਾਂ ਨੇ ਜਿਹੜੇ ਬਾਲ ਹਨ ਨਾ, ਉਹਨਾਂ ਦੇ ਘਰ ਵਾਲਾ ਆਖਣਾ ਵੀ ਇਹ ਬਾਲ ਜਿਹੜੇ ਹਨ ਦਰਿਆ ਟਾਪੀ ਪਏ ਨੇ ਮਜ਼ੇ ਨਾਲ। ਦੂਜੇ ਨੰਬਰ 'ਤੇ ਇਸ ਏਰੀਏ ਦੇ ਵਿੱਚ ਪਾਣੀ ਸ਼ਾਣੀ ਜ਼ਮੀਨ ਵਿੱਚ ਕਿਤਨੇ ਜ਼ਿਆਦਾ ਕੋਈ, ਹਾਲਾਂਕਿ ਬਿਲਕੁਲ ਕਿਨਾਰੇ ਨੂੰ ਉੱਤੇ ਕੁੜਾਂ ਵਾਲਾ ਵਾਂਡਾ ਵੀ ਆਬਾਦ ਹੈ, ਮਾੜੀ ਸ਼ਹਿਰ ਵੀ ਕਿਨਾਰੇ ਨੂੰ ਉੱਤੇ ਆਬਾਦ ਹੈ, ਜਿਹਨਾਂ ਕੋਲ ਪਾਣੀ ਕਹਿਣ ਕਾਲਾ ਬਾਗ ਵਿੱਚ ਵੰਜ ਕੇ ਆਉਣਾ ਪੈਣਾ ਹੈ। ਬਾਕੀ ਕੁੜਾਂ ਵਾਲੇ ਵਾਂਡੇ ਦੇ ਵਿੱਚ ਮੈਂ ਡਿੱਠਾ ਬਈ ਜਿਹੜਾ ਔਰਤਾਂ ਬਰਤਨ ਵੀ ਧੋਣੇ ਆਉਂਦੇ ਹਨ ਉਹ ਨਾ ਚੁੱਪ ਕਰਕੇ ਘਰੋਂ ਨਿਕਲੀਆਂ ਹਨ, ਆਪਣੇ ਬਰਤਨ ਚਾਹ ਕੇ ਅਤੇ ਆ ਕੇ ਅਤੇ ਦਰਿਆ 'ਤੇ ਬਾਹਵੇ ਨਹੀਂ ਹਨ ਬਰਤਨ ਧੋਣੀਆਂ ਹਨ। ਇਹ ਵੀ ਸਾਡੇ ਬੇੜੇ ਨੇ ਦੁਹਾਈ ਡਰਾਈਵਰ ਹਨ, ਇਹਨਾਂ ਦੇ ਨਾਲ ਗੱਪ ਸ਼ੱਪ ਲੱਗੀ ਆ ਰਹੇ ਹਨ ਵੀ ਅਸਾਂ ਜੀ ਬੇੜਾ ਜੀ 1 ਸਾਲ ਠੀਕ ਹੈ ਚੱਲੇ ਨੇ ਪਏ ਹਾਂ ਅਤੇ ਅਸਾਂ ਜ਼ਿਆਦਾਤਰ ਰਾਤ ਹੀ ਚੱਲੇ ਨੇ ਹਾਂ, ਅਤੇ ਬਈ ਅਸਾਂ 1 ਲੱਖ ਰੁਪਏ ਨਾ ਸਾਲ ਪਹਿਲੋਂ ਇਹ ਬੇੜਾ ਬਣਵਾਇਆ ਜੀ। ਅਤੇ ਉਸ ਤੋਂ ਬਾਅਦ ਇਹ ਵੀ ਗੱਲ ਹੀ ਆਖਦੇ ਹਨ ਬਈ ਅਸੀਂ ਕੁੱਕੜਾਂ ਵਾਲੇ ਵਾਂਡੇ ਵਾਲੇ ਕਾਫੀ ਸਾਰੇ ਲੋਕਾਂ ਨੇ ਆਪਣੇ ਬੇੜੇ ਹਨ, ਉਹਨਾਂ ਜੇ ਦਿਲ ਕਰਿਆ ਨੇ ਚੁੱਪ ਕਰਕੇ ਬੇੜੇ 'ਚ ਚੜ ਪਾਉਣੇ, ਦਰਿਆ ਵਾਲੇ ਵਿੱਚੋਂ ਲੰਘ ਕੇ ਅਤੇ ਮਾੜੀ ਪਹੁੰਚਵੇ ਨੇ, ਅਤੇ ਮਾੜੀ 'ਚੋਂ ਫਿਰ ਕੇ ਅਤੇ ਵਲਾ ਕੁੱਕੜਾਂ ਵਾਲੇ ਵਾਂਡੇ ਪਹੁੰਚਵੇ ਨੇ, ਜਾਂ ਨਾ ਕਾਲਾ ਬਾਗ ਵੇਣਾ ਹੋਵੇ ਤਾਂ ਸਿੱਧਾ ਸ਼ਾਟੋ ਸ਼ਾਟ ਵਿੱਚੋਂ ਕੁੱਕੜਾਂ ਵਾਲੇ ਵਾਂਡੇ 'ਚੋਂ ਬੇੜੇ 'ਤੇ ਬੈਠਾ ਅਤੇ ਸਿੱਧਾ ਕਾਲਾ ਬਾਗ ਪਹੁੰਚਵੇ ਨੇ। ਇਸ ਤੋਂ ਬਾਅਦ ਇਹ ਪਹਾੜਾਂ ਦੇ ਦੂਜੇ ਪਾਸੇ ਸ਼ਕਰਦਰਿਆ ਵਾਲੇ ਏਰੀਆ ਹੈ ਸਾਰਾ, ਸ਼ਕਰਦਰਾ ਤੁਹਾਨੂੰ ਪਤਾ ਹੀ ਹੈ ਕੇ ਪੀ ਕੇ ਅਤੇ ਪੰਜਾਬ ਦਰਮਿਆਨ ਦੇ ਵਿੱਚ ਜਿਹੜਾ ਏਰੀਆ ਹੈ ਉਹ ਏਰੀਆ ਹੈ ਸ਼ਕਰਦਰਿਆ ਵਾਲੇ ਸਾਰੇ ਲੋਕ, ਕਾਫੀ ਸਾਰੇ ਲੋਕ ਸ਼ਕਰਦਰਾ ਬਾਰੇ ਕਾਫੀ ਕੁਝ ਜਾਣਦੇ ਹਨ। ਮੈਂ ਆਪਣੇ ਵਲੌਗ ਦੇ ਵੇਖਦਾ ਵਾ ਦੁਬਾਰਾ ਇਸ ਇਲਾਕੇ ਦੀ ਆਵਾਮ ਦੀ ਤਾਰੀਫ ਕਰਿਆ ਸਾਂ, ਕਾਫੀ ਜ਼ਿਆਦਾ ਮਹਿਮਾਨ ਨਵਾਜ਼ ਹਨ, ਸਮੁੱਖ ਲੋਕ ਹਨ, ਸਾਰਾ ਸਾਨੂੰ ਬੜੇ ਪਿਆਰ ਨਾਲ ਵੈਲਕਮ ਕੀਤਾ। ਇਨਸ਼ਾਅੱਲਾ ਅਗਲਾ ਵਲੌਗ ਤੁਹਾਨੂੰ ਕੁੱਕੜਾ ਵਾਲੇ ਵਾਂਡੇ ਦਾ ਲਿਖਲ ਸਾਂ ਇਨਸ਼ਾਅੱਲਾ।